ਸ਼ਿਮੋਗਾ ਹਰ ਇੱਕ ਫੀਲਡ ਦੇ ਵਿੱਚ ਡਿਵੈਲਪ ਹੋ ਰਿਹਾ ਹੈ ਹੌਲੀ ਹੌਲੀ, ਚਾਹੇ ਉਹ ਐਜੂਕੇਸ਼ਨ ਹੋਵੇ, ਚਾਹੇ ਉਹ ਸਪੋਰਟਸ ਹੋਵੇ ਅਤੇ ਚਾਹੇ ਉਹ ਹੋਵੇ ਫੈਸ਼ਨ ਅਤੇ ਬਿਊਟੀ ਦੇ ਵਿੱਚ। ਫਿਰ ਮੋਗਾ ਕਿਵੇਂ ਪਿੱਛੇ ਰਹਿ ਸਕਦਾ ਜੀ? ਬਿਲਕੁਲ, ਬਿਊਟੀ ਦੇ ਵਿੱਚ ਵੀ ਆਪਣੀ ਪਹਿਚਾਣ ਬਣਾ ਰਿਹਾ ਮੋਗਾ। ਔਰ ਮੋਗੇ ਦੇ ਵਿੱਚ ਮੈਂ ਤੁਹਾਨੂੰ ਇਸ ਵੇਲੇ ਲੈ ਆਈ ਹਾਂ ਜੀ ਹੈੱਡ ਮਾਸਟਰ ਸੈਲੋਨ, ਜਿਹੜੀ ਕਿ ਇੰਟਰਨੈਸ਼ਨਲ ਚੇਨ ਹੈ। ਔਰ ਹੈੱਡ ਮਾਸਟਰ ਸੈਲੋਨ ਸਾਨੂੰ ਇੰਟਰੋਡਿਊਸ ਕਰਵਾ ਰਿਹਾ ਹੈ ਨੇਲ, ਬਿਊਟੀ, ਹੇਅਰ, ਮੀਨਸ ਸਾਰੇ ਪੈਕੇਜਸ, ਹੈ ਨਾ ਮਜ਼ੇਦਾਰ ਗੱਲ ਜੀ? ਬਿਲਕੁਲ, ਚੱਲਦੇ ਅੰਦਰ ਔਰ ਦੇਖਦੇ ਹਾਂ ਕੀ ਕੁਛ ਖਾਸ ਹੈ, ਕਿੰਨੇ ਕੁ ਪੈਕੇਜ ਦੇ ਰਿਹਾ ਔਰ ਹੋਰ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦੇ ਰਿਹਾ ਹੈੱਡ ਮਾਸਟਰ ਸੈਲੋਨ। ਸੋ ਜੀ, ਮੈਂ ਬਿਲਕੁਲ ਐਂਟਰ ਹੋ ਚੁੱਕੀ ਹਾਂ ਹੈੱਡ ਮਾਸਟਰ ਸੈਲੋਨ ਦੇ, ਔਰ ਇਹ ਹੈ ਜੀ ਰਿਸੈਪਸ਼ਨ ਏਰੀਆ ਜਿੱਥੇ ਕਿ ਤੁਸੀਂ ਅਪਕਮਿੰਗ ਪੈਕੇਜਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਔਰ ਤੁਹਾਡੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਹੈੱਡ ਮਾਸਟਰ ਸੈਲੋਨ ਮੋਗਾ ਹੈੱਡ ਮਾਸਟਰ ਸੈਲੋਨ ਚੰਡੀਗੜ੍ਹ ਦੀ ਹੀ ਇੱਕ ਬ੍ਰਾਂਚ ਹੈ। ਹੈੱਡਮਾਸਟਰ ਸੈਲੋਨ ਨੂੰ ਅਲੱਗ ਅਲੱਗ ਸੈਕਸ਼ਨਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਬਿਊਟੀ ਸੈਕਸ਼ਨ, ਹੇਅਰ ਸੈਕਸ਼ਨ, ਨੇਲ ਸੈਕਸ਼ਨ, ਔਰ ਹਰ ਇੱਕ ਸੈਕਸ਼ਨ ਦੇ ਵਿੱਚ ਪ੍ਰੋਫੈਸ਼ਨਲ ਸਟਾਫ ਪ੍ਰੋਵਾਈਡ ਕਰਵਾਇਆ ਗਿਆ ਹੈ। ਔਰ ਇਸ ਟਾਈਮ ਮੈਂ ਖੜੀ ਹਾਂ ਜੀ ਹੇਅਰ ਸੈਕਸ਼ਨ ਦੇ ਵਿੱਚ, ਜਿੱਥੇ ਕਿ ਪ੍ਰੋਫੈਸ਼ਨਲ ਸਟਾਫ ਆਪਣੀਆਂ ਬਿਹਤਰੀਨ ਸਰਵਿਸਿਜ਼ ਦੇ ਕੇ ਮੋਗਾ ਦੇ ਵਿੱਚ ਹੈੱਡਮਾਸਟਰ ਸੈਲੋਨ ਦਾ ਨਾਮ ਰੋਸ਼ਨ ਕਰ ਰਿਹਾ ਹੈ। ਹਰ ਇੱਕ ਦੀ ਸਕਿਨ ਅਲੱਗ ਅਲੱਗ ਹੁੰਦੀ ਹੈ, ਹਰ ਇੱਕ ਦੀ ਸਕਿਨ ਦਾ ਕਲਰ ਅਲੱਗ ਅਲੱਗ ਹੁੰਦਾ, ਪਰ ਉਹਦੇ ਅਕੋਰਡਿੰਗ ਮੇਕਅਪ ਕਿਹੜਾ ਹੋਣਾ ਇਹ ਸਿਰਫ ਮੇਕਅਪ ਐਕਸਪਰਟ ਨੂੰ ਹੀ ਪਤਾ ਹੁੰਦਾ ਹੈ। ਅਤੇ ਹੈੱਡਮਾਸਟਰ ਸੈਲੋਨ ਦੀ ਗੱਲ ਕਰਾਂ ਤਾਂ ਇੱਥੇ ਦੇ ਐਕਸਪਰਟਸ ਜਿਹੜੇ ਨੇ ਉਹਨਾਂ ਨੂੰ ਪੂਰੀ ਨੌਲੇਜ ਹੈ ਕਿ ਕਿਹੜੇ ਸਕਿਨ ਦੇ ਉੱਤੇ ਕਿਸ ਤਰ੍ਹਾਂ ਦਾ ਮੇਕਅਪ ਹੋਣਾ ਹੈ, ਅਤੇ ਮੇਰੀ ਸਕਿਨ 'ਤੇ ਉਹਨਾਂ ਨੂੰ ਪਤਾ ਕਿ ਕਿਹੜਾ ਮੇਕਅਪ ਕਰਨਾ ਅਤੇ ਉਹ ਕਰ ਰਹੇ ਨੇ। ਬਾਕੀ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਇੱਥੇ ਆ ਕੇ ਸਰਵਿਸਿਜ਼ ਲਓ, ਕਿਉਂਕਿ ਇੱਥੇ ਇੰਟਰਨੈਸ਼ਨਲ ਹਾਈ ਐਂਡ ਬ੍ਰਾਂਡਸ ਯੂਜ਼ ਕੀਤੇ ਜਾਂਦੇ ਨੇ। ਇਸ ਟਾਈਮ ਮੈਂ ਖੜ੍ਹੀ ਹਾਂ ਜੈਂਟਸ ਹੇਅਰ ਸੈਕਸ਼ਨ ਦੇ ਵਿੱਚ, ਜਿੱਥੇ ਕਿ ਹੇਅਰ ਦੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ। ਔਰ ਹੇਅਰਸ ਦੇ ਵਿੱਚ ਬ੍ਰਾਂਡਸ ਜਿਹੜੇ ਨੇ ਉਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿੱਦਾਂ ਸਕੋਚਕਾਫ, ਲੋਰੀਅਲ ਵਰਗੇ ਬ੍ਰਾਂਡਸ ਜਿਹੜੇ ਆ ਉਹ ਯੂਜ਼ ਕੀਤੇ ਜਾ ਰਹੇ ਨੇ, ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਸਮਝੌਤਾ ਜਿਹੜਾ ਆ ਉਹ ਨਾ ਕੀਤਾ ਜਾ ਸਕੇ। ਬਾਕੀ ਹੇਅਰਸ ਦੇ ਵਿੱਚ ਤੁਹਾਨੂੰ ਹੋਰ ਵੀ ਸਰਵਿਸਿਜ਼ ਮਿਲਣਗੀਆਂ, ਲਾਈਕ ਹੈੱਡ ਵਾਸ਼, ਕੈਰਾਟੀਨ, ਸਮੂਥਨਿੰਗ, ਔਰ ਜ਼ਰੂਰ ਵਿਜ਼ਿਟ ਕਰੋ ਆਪਣੀਆਂ ਹੇਅਰ ਸਰਵਿਸਿਜ਼ ਦੇ ਲਈ ਵੀ। ਜੀ, ਮੈਂ ਹੁਣ ਪਹੁੰਚ ਚੁੱਕੀ ਹਾਂ ਸਕਿਨ ਸੈਕਸ਼ਨ ਦੇ ਵਿੱਚ, ਜਿੱਥੇ ਕਿ ਫੇਸ਼ੀਅਲ, ਕਲੀਨਰ, ਵੈਕਸਿੰਗ ਵਰਗੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਔਰ ਇਸ ਸੈਕਸ਼ਨ ਦੇ ਵਿੱਚ ਆਉਣ ਤੋਂ ਪਹਿਲਾਂ ਸਕਿਨ ਟੈਸਟ ਕੀਤਾ ਜਾਂਦਾ ਹੈ ਕਿ ਸਕਿਨ ਦੇ ਅਕੋਰਡਿੰਗ ਤੁਹਾਡੇ ਕਿਹੜਾ ਕਲੀਨਰ, ਕਿਹੜਾ ਫੇਸ਼ੀਅਲ ਔਰ ਕਿਹੜਾ ਬ੍ਰਾਂਡ ਯੂਜ਼ ਹੋਏਗਾ। ਆਫਟਰ ਦੈਟ ਉਸਨੂੰ ਇਸ ਸੈਕਸ਼ਨ 'ਚ ਲਿਆਂਦਾ ਜਾਂਦਾ ਹੈ, ਫਿਰ ਉਸਦੇ ਉੱਤੇ ਉਹੀ ਬ੍ਰਾਂਡ ਯੂਜ਼ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਹੈੱਡਮਾਸਟਰ ਦੇ ਵਿੱਚ ਆਪਣੀਆਂ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਨੀਚੇ ਲਿਖੇ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਆਪਣੀ ਅਪਾਇੰਟਮੈਂਟ ਫਿਕਸ ਕਰਵਾ ਸਕਦੇ ਹੋ। ਬਾਕੀ ਸਾਡਾ ਸਫ਼ਰ ਹਜੇ ਜਾਰੀ ਹੈ ਔਰ ਦੇਖਦੇ ਹਾਂ ਕਿ ਮੋਗੇ ਦੇ ਵਿੱਚ ਸਾਨੂੰ ਹੋਰ ਕੀ ਕੁਝ ਖਾਸ ਦੇਖਣ ਨੂੰ ਮਿਲਦਾ ਹੈ।